ਸਕੂਲਾਂ ਦੇ ਅੱਗੇ ਲੱਗਣ ਵੇਲੇ ਸਕੂਲ ਜਦੋਂ ਖੁੱਲ੍ਹਣੇ ਸਕੂਲ ਕਲੋਜ਼ ਹੋਣੇ ਜਦੋਂ ਉਦੋਂ ਕੰਟੀਨਿਊ ਸਕੂਲਾਂ ਅੱਗੇ ਨਾਕੇ ਲਾਵਾਂਗੇ ਅੰਡਰ ਏਜ ਜਿੰਨੇ ਬੱਚੇ ਉਹਨਾਂ ਦੇ ਸਭ ਦੇ ਚਲਾਨ ਕੱਟੇ ਅਤੇ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਵਹੀਕਲ ਨਾ ਦਿਓ ਕਿਉਂਕਿ ਉਹ ਮੈਂਟਲੀ ਤੌਰ 'ਤੇ ਪ੍ਰਪੇਅਰ ਨਹੀਂ ਹੁੰਦਾ ਬੱਚਾ ਅਤੇ ਜੇਕਰ ਤੁਸੀਂ ਵਹੀਕਲ ਦਿੰਦੇ ਹੋ ਉਹਦੇ 'ਚ ਕਿਸੇ ਮਿਸਹੈਪਨਿੰਗ ਹੋ ਜਾਂਦੀ ਹੈ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਅਸੀਂ ਮੋਟਰ ਵਹੀਕਲ ਐਕਟ ਦੇ ਤਹਿਤ ਜਿਹਦੇ 199 ਏ ਦੇ ਤਹਿਤ ਕਾਰਵਾਈ ਕੀਤੀ ਜਾਊਗੀ ਜਿਸ 'ਚ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋਊਗੀ ਜਿਸ ਦੇ ਵਿੱਚ 3 ਸਾਲ ਦੀ ਸਜ਼ਾ ਔਰ 25,000 ਰੁਪਈਆ ਜੁਰਮਾਨਾ ਔਰ ਬੱਚੇ ਦਾ 25 ਸਾਲ ਦੀ ਉਮਰ ਤੱਕ ਲਾਇਸੈਂਸ ਨਹੀਂ ਬਣੂ। ਤੁਸੀਂ ਦੇਖ ਰਹੇ ਹੋ ਲਿਵਿੰਗ ਡੇ ਨਿਊਜ਼, ਮੈਂ ਗੋਬਿੰਦ ਸੈਣੀ। ਨਾਬਾਲਗ ਜਿਹੜੇ ਬੱਚੇ ਹੁਣ ਵਹੀਕਲ ਚਲਾਉਣਗੇ ਉਹਨਾਂ ਦੀ ਹੁਣ ਖੈਰ ਨਹੀਂ ਹੈ, ਟ੍ਰੈਫਿਕ ਪੁਲਿਸ ਸਖਤਾਈ ਹੋ ਗਈ ਹੈ। ਜਿਹੜਾ ਵੀ ਨਾਬਾਲਗ ਬੱਚਾ ਵਹੀਕਲ ਚਲਾਉਂਦਾ ਫੜਿਆ ਗਿਆ ਉਸ 'ਤੇ ਵੀ ਕਾਰਵਾਈ ਹੋਵੇਗੀ ਅਤੇ ਉਹਦੇ ਮਾਂ ਬਾਪ 'ਤੇ ਵੀ ਕਾਰਵਾਈ ਹੋਵੇਗੀ। ਸਾਡੇ ਕੋਲ ਇਸ ਵਕਤ ਬਠਿੰਡਾ ਦੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਮੌਜੂਦ ਹੈਗੇ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਠਿੰਡਾ ਇੱਕ ਪਹਿਲਾ ਜ਼ਿਲ੍ਹਾ ਬਣ ਚੁੱਕਾ ਹੈ ਜਿਹਨੇ ਪਹਿਲ ਕੀਤੀ ਹੈ ਅਤੇ ਨਾਬਾਲਗ ਜਿਹੜੇ ਬੱਚੇ ਹੁਣ ਵਹੀਕਲ ਚਲਾਉਣਗੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇਗੀ। ਹਾਂਜੀ ਮਨੀਸ਼ ਜੀ, ਸਭ ਤੋਂ ਪਹਿਲਾਂ ਇਹ ਦੱਸੋ ਜਿਹੜੇ ਤੁਸੀਂ ਬਠਿੰਡੇ ਵਿੱਚ ਲਾਗੂ ਕੀਤਾ ਹੈ ਨਾਬਾਲਗ ਵਹੀਕਲ ਚਲਾਉਂਦੇ ਨੇ, ਕੀ ਕਾਰਵਾਈ ਕੀਤੀ ਜਾਊਗੀ, ਕੀ ਜੁਰਮਾਨਾ ਹੋਊਗਾ, ਕੀ ਕਹਿਣਾ ਬਾਰੇ? ਉਹਦੇ 'ਚ ਅਸੀਂ ਪਹਿਲਾਂ ਇੱਕ ਵਾਰੀ ਅਪੀਲ ਕਰ ਚੁੱਕੇ ਹਾਂ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਵੱਲੋਂ, ਜਿਹਦੇ 'ਚ ਅਸੀਂ ਉਹਨਾਂ ਨੂੰ ਅਪੀਲ ਕੀਤੀ ਵੀ ਆਪਣੇ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਵਹੀਕਲ ਨਾ ਦਿਓ ਕਿਉਂਕਿ ਉਹ ਮੈਂਟਲੀ ਤੌਰ 'ਤੇ ਪ੍ਰਪੇਅਰ ਨਹੀਂ ਹੁੰਦਾ ਬੱਚਾ। ਅਤੇ ਜੇਕਰ ਤੁਸੀਂ ਵਹੀਕਲ ਦਿੰਦੇ ਹੋ ਉਹਦੇ 'ਚ ਕਿਸੇ ਮਿਸਹੈਪਨਿੰਗ ਹੋ ਜਾਂਦੀ ਹੈ ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਅਸੀਂ ਮੋਟਰ ਵਹੀਕਲ ਐਕਟ ਦੇ ਤਹਿਤ ਜਿਹਦੇ 199 ਏ ਦੇ ਤਹਿਤ ਕਾਰਵਾਈ ਕੀਤੀ ਜਾਊਗੀ ਜਿਸ 'ਚ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋਊਗੀ ਜਿਸ ਦੇ ਵਿੱਚ 3 ਸਾਲ ਦੀ ਸਜ਼ਾ ਔਰ 25,000 ਰੁਪਈਆ ਜੁਰਮਾਨਾ ਔਰ ਬੱਚੇ ਦਾ 25 ਸਾਲ ਦੀ ਉਮਰ ਤੱਕ ਲਾਇਸੈਂਸ ਨਹੀਂ ਬਣੂਗਾ। ਇਹ ਹੁਣ ਜਿਹੜਾ ਲਾਗੂ ਹੋ ਗਿਆ, ਜੇ ਬਾਈ ਚਾਂਸ ਤੁਹਾਨੂੰ ਕੋਈ ਬਠਿੰਡਾ ਰੋਡ ਦੇ ਉੱਤੇ ਨਾਬਾਲਗ ਬੱਚਾ ਵਹੀਕਲ ਚਲਾਉਂਦਾ ਮਿਲਦਾ ਹੈ, ਫੜਿਆ ਤੁਸੀਂ ਫੜਦੇ ਹੋ, ਉਹ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ? ਤੁਰੰਤ ਕਾਰਵਾਈ ਕਰਾਂਗੇ, ਉਹਨਾਂ ਪਹਿਲਾਂ ਵੀ ਚਲਾਨ ਕੱਟ ਰਹੇ ਹਾਂ, ਹੁਣ ਕੰਟੀਨਿਊ ਚਲਾਨ ਕੱਟ ਰਹੇ ਹਾਂ, ਕਰੀਬ ਪਿਛਲੇ ਦਿਨਾਂ ਦੀ ਤੋਂ ਐਂ ਕਹਿ ਲਓ ਵੀ 100-150 ਚਲਾਨ ਕੱਟ ਚੁੱਕੇ ਅੰਡਰ ਏਜ ਦਾ, ਜੇਕਰ ਵਾਰ ਵਾਰ ਕਰੂਗਾ ਉਹਦੇ ਖਿਲਾਫ਼ ਅਸੀਂ ਕਾਰਵਾਈ ਕਰਕੇ ਭੇਜਾਂਗੇ। ਜਿਹੜੀ ਹੁਣ ਤੁਸੀਂ ਦੱਸੀ ਹੈ ਵੀ ਨਾਬਾਲਗ ਬੱਚਾ 18 ਸਾਲ ਤੋਂ ਵਹੀਕਲ ਚਲਾ ਰਿਹਾ ਹੈ, ਵੀ ਉਹਨੂੰ 25,000 ਦਾ ਜੁਰਮਾਨਾ ਦੇ ਮਾਂ ਬਾਪ ਨੂੰ ਸਜ਼ਾ ਹੋਊਗੀ, ਇਸ ਦੇ ਤਹਿਤ ਕੋਈ ਕਾਰਵਾਈ ਕੀਤੀ ਹੈ? ਨਹੀਂ, ਹਾਲ ਤੱਕ ਕੀਤੀ ਨਹੀਂ, ਹਾਲੇ ਸਟਾਰਟਿੰਗ ਅਸੀਂ ਕਰਤੇ ਆ ਸ਼ੁਰੂ, ਜਲਦੀ ਕਰ ਦੇਵਾਂਗੇ ਜਿਹਦੇ ਵਿੱਚ ਪੇਰੈਂਟਸ ਨੂੰ ਸਜ਼ਾ ਵੀ ਹੋਊਗੀ, ਸਾਰਾ ਕੁਛ ਮੁਕੱਦਮਾ ਦਰਜ ਕਰਾਵਾਂਗੇ ਉਹਦੇ ਅੰਡਰ 199 ਏ ਮੋਟਰ ਵਹੀਕਲ ਐਕਟ ਤਹਿਤ। ਵੀ ਜਿਹੜੇ ਹੁਣ ਮਾਂ ਬਾਪ ਵੀ ਹੁਣ ਸੋਚ ਸਮਝ ਕੇ ਆਪਦੇ ਬੱਚਿਆਂ ਨੂੰ ਵਹੀਕਲ ਦੇਣ, ਨਹੀਂ ਤਾਂ ਮਾਂ ਬਾਪ 'ਤੇ ਵੀ ਕਾਰਵਾਈ ਹੋਵੇਗੀ? ਹਾਂਜੀ, ਮਾਂ ਬਾਪ 'ਤੇ ਕਾਰਵਾਈ ਕਰਨ ਵਾਸਤੇ ਹੀ ਫਿਰ ਹੀ ਮਾਂ ਬਾਪ ਹਟਣਗੇ, ਨਹੀਂ ਤਾਂ ਕੋਈ ਦੇਖ ਲਓ 12-12 13-13 ਸਾਲ ਦੇ ਬੱਚਿਆਂ ਨੂੰ ਵੀ ਪੇਰੈਂਟਸ ਗੱਡੀਆਂ ਦੇ ਬੈਠੇ ਜੋ ਕਿ ਬਹੁਤ ਗਲਤ ਹੈ। ਦੇਖੋ ਜਿਹੜਾ ਤੁਸੀਂ ਪਹਿਲ ਕੀਤੀ ਹੈ ਟ੍ਰੈਫਿਕ ਪੁਲਿਸ ਬਠਿੰਡਾ ਤਰਫ ਪਹਿਲ ਕੀਤੀ, ਬਹੁਤ ਚੰਗਾ ਤੁਹਾਡਾ ਸਲਾਗਾ ਉਹ ਕਦਮ ਹੈਗਾ, ਕਿਉਂਕਿ ਨਾਬਾਲਗ ਕੋਲ ਇੱਕ ਲਾਇਸੈਂਸ ਨਹੀਂ ਹੁੰਦਾ, ਜੇ ਉਹ ਵਹੀਕਲ ਚਲਾਉਂਦਾ ਕਈ ਵਾਰ ਐਕਸੀਡੈਂਟ ਹੋ ਜਾਂਦਾ, ਦੋਨੋਂ ਤਰ੍ਹਾਂ ਦੇ ਨੁਕਸਾਨ ਹੁੰਦਾ, ਨਾਬਾਲਗ ਦਾ ਨੁਕਸਾਨ ਵੀ ਹੁੰਦਾ ਜਾਂ ਦੂਜੇ ਦਾ ਹੁੰਦਾ ਉਹਦਾ ਨੁਕਸਾਨ ਹੁੰਦਾ, ਪਰ ਤੁਸੀਂ ਇਹ ਪਹਿਲ ਵਧੀਆ ਕੀਤੀ ਹੈ, ਡਰ ਵਧੀਆ ਲੋਕਾਂ ਦੇ ਵਿੱਚ ਪੈਦਾ ਹੋਊਗਾ, ਪੰਜਾਬ ਦਾ ਮੇਲਾ ਪਹਿਲਾ ਬਠਿੰਡਾ ਜ਼ਿਲ੍ਹਾ ਬਣਿਆ ਵੀ ਜਿਹਨੇ ਪਹਿਲ ਕੀਤੀ ਹੈ, ਵਾਕਈ ਸਹੀ ਗੱਲ ਹੈ? ਬਿਲਕੁਲ ਸਹੀ ਹੈ ਜੀ, ਇਹ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੀਆਂ ਹਦਾਇਤਾਂ 'ਤੇ ਸਾਰਾ ਕੁਝ ਹੋ ਰਿਹਾ ਜੀ, ਜੋ ਉਹਨਾਂ ਵੱਲੋਂ ਹਦਾਇਤਾਂ ਆ ਰਹੀਆਂ ਉਸ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ ਸਰ। ਤੁਸੀਂ ਕਹਿ ਰਹੇ ਮਾਨਯੋਗ SSP ਸਾਹਿਬ ਦੇ ਹਦਾਇਤਾਂ ਸਾਰਾ ਤੁਸੀਂ ਇਹ ਕਰ ਰਹੇ ਹੋ, ਇਹ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਹੈ? ਤੁਸੀਂ SSP ਸਾਹਿਬ ਨੂੰ ਧਿਆਨ 'ਚ ਲੈ ਕੇ ਆਏ ਹੋ ਕਿ SSP ਸਾਹਿਬ ਨੇ ਤੁਹਾਨੂੰ ਕਿਹਾ ਵੀ ਐਵੇਂ ਤੁਸੀਂ ਕਰੋ? ਨਹੀਂ, ਇਹ ਤਾਂ ਮਾਨਯੋਗ SSP ਸਾਹਿਬ ਵੱਲੋਂ ਵੀ ਆ ਗਈਆਂ ਕੁਛ ਹਦਾਇਤਾਂ, ਕੁਛ ਆਪਦੇ ਵੱਲੋਂ ਵੀ ਸੀਗੀਆਂ ਵੀ ਚਲੋ ਕਿਸੇ ਦਾ ਨਾਬਾਲਗ ਬੱਚੇ ਨਾਲ ਕੁਛ ਮਿਸਹੈਪਨਿੰਗ ਨਾ ਹੋਵੇ, ਕਿਉਂਕਿ ਅੱਜ ਕੱਲ੍ਹ ਹਰੇਕ ਦੇ ਇੱਕ ਇੱਕ ਬੱਚੇ, ਕਿਉਂਕਿ ਬੱਚੇ ਕਰਨ ਨੂੰ ਕੋਈ ਗੱਲਬਾਤ ਹੋਊਗੀ, ਬੱਚੇ ਦਾ ਵੀ ਨੁਕਸਾਨ ਹੈ, ਪੇਰੈਂਟਸ ਦਾ ਵੀ ਨੁਕਸਾਨ ਹੈ, ਜਿਹਦੇ ਨਾਲ ਐਕਸੀਡੈਂਟ ਕਰਦਾ ਉਹਨਾਂ ਦਾ ਵੀ ਨੁਕਸਾਨ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਬਠਿੰਡੇ ਜਿਹਨੇ ਸਕੂਲ ਜਿਹੜੇ ਹੈਗੇ ਆ, ਖਾਸ ਤੌਰ ਪਲੱਸ ਟੂ ਦਾ ਸਕੂਲ ਹੈਗੇ ਆ, ਉੱਥੇ ਜਿਹੜੇ ਬੱਚੇ ਜਿਹੜੇ ਆਉਂਦੇ ਆ ਨਾਬਾਲਗ ਬੱਚੇ ਹੁੰਦੇ ਆ 18 ਸਾਲ ਤੋਂ ਥੱਲੇ ਹੁੰਦੇ ਆ ਉਹ, ਅਤੇ ਉਹ ਆਪਦੀ ਵਹੀਕਲਾਂ 'ਤੇ ਆਉਂਦੇ ਆ, ਕਿ ਇਹੋ ਜਿਹੇ ਸਪੈਸ਼ਲ ਉੱਥੇ ਨਾਕੇ ਵੀ ਲਾਏ ਜਾਣੇ ਸਕੂਲ ਦੇ ਬਾਹਰ? ਨਹੀਂ, ਹੁਣ ਕੰਟੀਨਿਊ ਅਸੀਂ ਮੰਡੇ ਤੋਂ ਸਕੂਲਾਂ ਦੇ ਅੱਗੇ ਲੱਗਣ ਵੇਲੇ ਸਕੂਲ ਜਦੋਂ ਖੁੱਲ੍ਹਣੇ ਆ ਸਕੂਲ ਕਲੋਜ਼ ਹੋਣੇ ਜਦੋਂ ਉਦੋਂ ਕੰਟੀਨਿਊ ਸਕੂਲਾਂ ਅੱਗੇ ਨਾਕੇ ਲਾਵਾਂਗੇ ਅੰਡਰ ਜਿੰਨੇ ਬੱਚੇ ਉਹਨਾਂ ਦੇ ਸਭ ਦੇ ਚਲਾਨ ਕੱਟਾਂਗੇ। ਲਾਸਟ ਵਾਰੀ ਇਵੇਂ ਤੁਹਾਡਾ ਕੀ ਮੈਸੇਜ ਹੈ ਨਾਬਾਲਗ ਬੱਚਿਆਂ ਨੂੰ ਅਤੇ ਉਹਦੇ ਮਾਂ ਬਾਪ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਬਸ ਪਹਿਲਾਂ ਵੀ ਅਪੀਲ ਕੀਤੀ, ਹੁਣ ਫਿਰ ਅਪੀਲ ਕਰ ਰਹੇ ਹਾਂ ਵੀ ਆਪਣੇ 18 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਦਿਓ, ਕਿਉਂਕਿ ਉਹ ਮੈਂਟਲੀ ਤੌਰ 'ਤੇ ਪ੍ਰਪੇਅਰ ਨਹੀਂ ਗਾ ਵਹੀਕਲ ਚਲਾਉਣ ਲਈ। ਜਦੋਂ 18 ਸਾਲ ਦਾ ਹੋ ਗਿਆ ਉਹਨੂੰ ਲਾਇਸੈਂਸ ਬਣਾ ਕੇ ਦਿਓ ਚਲਾਓ, ਇਸ ਲਈ ਵਾਰ ਵਾਰ ਅਪੀਲ ਕਰ ਰਹੇ ਹਾਂ ਅਸੀਂ ਬਠਿੰਡਾ ਪੁਲਿਸ ਵੱਲੋਂ, ਮਾਨਯੋਗ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਵੱਲੋਂ ਵੀ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਦਿਓ। ਇਹ ਸੀ ਸਾਡੇ ਨਾਲ ਟ੍ਰੈਫਿਕ ਇੰਚਾਰਜ ਦੇ ਅਮਰੀਕ ਸਿੰਘ, ਤੇ ਨੇ ਸਾਫ ਗੱਲ ਕਹੀ ਹੈ, ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਨਾਬਾਲਗ ਬੱਚਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਅਤੇ ਨਾਬਾਲਗ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕੀਤੀ ਜਾ ਰਹੀ ਹੈ ਵੀ ਤੁਸੀਂ ਆਪਦੇ ਬੱਚਿਆਂ ਨੂੰ ਵਹੀਕਲ ਨਾ ਦਿਓ, ਜੇ ਵਹੀਕਲ ਦਿੱਤਾ ਟ੍ਰੈਫਿਕ ਪੁਲਿਸ ਨੇ ਫੜ ਲਿੱਤਾ ਨਾਬਾਲਗ ਬੱਚੇ 'ਤੇ ਵੀ ਕਾਰਵਾਈ ਹੋਵੇਗੀ ਅਤੇ ਮਾਂ ਬਾਪ ਦੇ ਉੱਤੇ ਵੀ ਕਾਰਵਾਈ ਹੋਵੇਗੀ, 3 ਸਾਲ ਉਹਨਾਂ ਨੂੰ ਜੇਲ੍ਹ ਵਿੱਚ ਵੀ ਜਾਣਾ ਪੈ ਸਕਦਾ। ਗੋਬਿੰਦ